ਬਹੁਤ ਵਧੀਆ ਫਿਲਮ ਆ ਇੱਕ ਨੰਬਰ, ਬਹੁਤ ਘੈਂਟ, ਪੂਰਾ ਆਨੰਦ ਮਾਣਿਆ ਫਿਲਮ ਦਾ ਅਸੀਂ ਵੇਖ ਕੇ। 100 ਮੂਵੀਆਂ ਦੇਖੀਆਂ ਹੋਣਗੀਆਂ, ਇਹੋ ਜਿਹੀ ਮੂਵੀ ਨਹੀਂ ਦੇਖੀ। ਐਂਡ ਤੇ ਰੋਣਾ ਆ ਗਿਆ ਜੀ। ਤੇ ਜੇ ਪੰਜਾਬ ਲੈਂਦੇ ਦੀ ਗੱਲ ਹੈ, ਚਾਹੇ ਚੜ੍ਹਦੇ ਦੀ ਹੈਗਾ, ਤਾਂ ਉਹਦੇ ਵਿੱਚ ਅੱਜ ਵੀ ਲੋਕਾਂ 'ਚ ਤਾਂਗ ਹੈ ਵੀ ਕਿਸੇ ਤਰੀਕੇ ਨਾਲ ਇਹ ਜਿਹੜੇ ਬਾਰਡਰ ਨੇ ਖਤਮ ਹੋ ਕੇ ਇਹ ਇੱਕ ਹੋਵੇ ਔਰ ਸਾਰੇ ਇੱਧਰ ਵਾਲੇ ਉੱਧਰ ਸੌਖੇ ਜਾ ਸਕਣ ਔਰ ਉੱਧਰ ਵਾਲੇ ਇੱਧਰ ਸੌਖੇ ਆ ਸਕਣ। ਫਿਲਮ ਤਾਂ ਬਹੁਤ ਅੱਛੀ ਲੱਗੀ ਹੈ ਮੈਨੂੰ, ਲਵ ਸਟੋਰੀ ਬਹੁਤ ਅੱਛੀ ਹੈ ਸਿਮੀ ਕੀ ਔਰ ਇਮਰਾਨ ਕੀ ਜੋੜੀ ਬਹੁਤ ਕਿਊਟ ਲੱਗੀ ਹੈ। ਵੈਲੈਂਟਾਈਨਸ ਵੀਕ ਮੈਂ ਆਈ ਹੈ ਤਾਂ ਲੋਕ ਕੋ ਬਹੁਤ ਪਸੰਦ ਆ ਰਹੀ ਹੈ ਔਰ ਮਿੰਟੂ ਜੀ ਕਾ ਜੋ ਕਾਮੇਡੀ ਰੋਲ ਹੈ ਬਹੁਤ ਬਹੁਤ ਹੀ ਵਧੀਆ, ਜੋ ਉਹਨਾਂ ਨੇ ਦਿਖਾਇਆ ਪਿਆਰ ਮੁਹੱਬਤ ਹੈਗਾ ਬੱਚਿਆਂ 'ਚ। ਠੀਕ ਹੈ ਮਾੜਾ ਮੋਟਾ ਇੱਧਰ ਉੱਧਰ ਹੁੰਦਾ ਕਿ ਲਵ ਸਟੋਰੀ ਹੈਗੀ ਹੈ, ਪਰ ਬਹੁਤ ਚੰਗੀ ਕੋਸ਼ਿਸ਼ ਹੈ ਔਰ ਬਹੁਤ ਸੋਹਣਾ ਮੈਸੇਜ ਹੈ। ਕਿਉਂ, ਕੌਣ ਸੀ ਚੀਜ਼ ਆਪਕੋ ਅੱਛੀ ਲੱਗੀ? ਸਾਰੀ। ਹਸੇ ਕਿਤਨਾ? ਹਸੀ ਨਹੀਂ। ਹਸੀ ਨਹੀਂ ਜੀ। ਵੇ ਸੋਹਣਿਆ ਜੀ, ਫਿਲਮ ਦੇਖ ਕੇ ਆਇਓ, ਕਿਹੋ ਜਿਹੀ ਲੱਗੀ? ਬਹੁਤ ਵਧੀਆ ਫਿਲਮ ਅੱਜ ਇੱਕ ਨੰਬਰ, ਬਹੁਤ ਘੈਂਟ ਐਕਟਿੰਗ ਸਾਰਿਆਂ ਨੇ, ਬਹੁਤ ਸੋਹਣੀ ਹੈ ਮਿੰਟੂ ਕਾਪਾ ਬਾਈ, ਸਿੰਮੀ ਚਾਲ ਜੀ, ਸਾਰੇ ਐਕਟਿੰਗ ਇੱਕ ਨੰਬਰ, ਬਹੁਤ ਵਧੀਆ। ਐਂਡ ਦਾ ਕਲਾਈਮੈਕਸ ਤਾਂ ਬਹੁਤ ਹੀ ਘੈਂਟ। ਰਾਈਟ, ਸੋ ਕਿੰਨਾ ਕੁ ਹੱਸੇ ਹੋ, ਕਿੰਨਾ ਕੁ ਰੋਏ ਹੋ? ਐਂਡ ਦੇ ਤਾਂ ਰੋਣਾ ਆ ਗਿਆ ਜੀ। ਹਾਂਜੀ, ਮਿੰਟੂ ਕਾਪਾ ਲਈ ਕੀ ਕਹੋਗੇ? ਮੈਨੂੰ ਲੱਗਦਾ ਉਹਨਾਂ ਨੇ ਹਸਾਇਆ ਵੀ ਬਹੁਤ ਹੈ ਤੇ ਉਹਨਾਂ ਨੇ ਰਵਾਂਚ ਵੀ ਕਸਾ ਛੱਡੀ ਨਹੀਂ। ਬਿਲਕੁਲ ਬਿਲਕੁਲ, ਮਿੰਟੂ ਕਾਪਾ ਜੀ ਦਾ ਇੱਕ ਨੰਬਰ ਐਕਟਿੰਗ ਹੈ ਜੀ, ਉਹਨਾਂ ਦੀ ਡਾਇਲੋਗ ਡਿਲੀਵਰੀ ਇੰਨੀ ਵਧੀਆ, ਬਹੁਤ ਹੀ ਘੈਂਟ ਐਕਟਿੰਗ ਹੈ ਜੀ, ਬਹੁਤ ਘੈਂਟ। ਭਾਜੀ ਲੋਕੀ ਨਾ ਇੰਡੀਆ ਪਾਕਿਸਤਾਨ ਨੂੰ ਤਾਂ ਕੰਪੈਰੀਜ਼ਨ ਜਿਹਾ ਕਰਦੇ ਰਹਿੰਦੇ ਨੇ, ਪਰ ਕੀ ਲੱਗਦਾ ਹੈ ਕਿ ਕਲਾ ਦਾ ਕੋਈ, ਕਲਾ ਦੀ ਕੋਈ ਸਰਹੱਦ ਹੈਗੀ ਹੈ ਜਾਂ ਮਜ਼ਹਬ ਸਿਖਾਉਂਦਾ ਵੈਰ ਰੱਖਣਾ? ਫਿਲਮ ਦੇਖ ਕੇ ਕੀ ਮਹਿਸੂਸ ਕੀਤਾ? ਇੱਦਾਂ ਜੇ ਫੀਲ ਲੱਗਦਾ ਕਿ ਆਪਾਂ ਸਾਰੇ ਇੱਕ ਹੈ, ਕਿ ਇੰਡੀਆ ਪਾਕਿਸਤਾਨ ਸਾਰਾ ਕੁਝ, ਮਤਲਬ ਐਂ ਲੱਗਦਾ ਕਿ ਸਭ ਇੱਕ ਹੈ ਆਪਾਂ, ਹਨਾ। 5 ਵਿੱਚੋਂ ਕਿੰਨੇ ਸਟਾਰਸ? 5 ਜੀ। ਮਿੰਟੂ ਕਾਪਾ ਬਾਰੇ ਕੀ ਕਹੋਗੇ? ਫਿਲਮ ਦੇ ਵਿੱਚ ਉਹਨਾਂ ਦਾ ਬੜਾ ਅਹਿਮ ਤੇ ਬਹੁਤ ਹੀ ਮਜ਼ਬੂਤ ਕਿਰਦਾਰ ਹੈ। ਬਹੁਤ ਜ਼ਿਆਦਾ, ਇੱਕ ਉਹਨਾਂ ਦੇ ਫਰੈਂਡ ਸੀ, ਮੇਰੀ ਸਿਸਟਰ ਹੈ, ਉਹਨਾਂ ਦੇ ਜਿਹੜੇ ਫਰੈਂਡ ਸੀਗੇ ਨਾ ਸਭ ਤੋਂ ਸੋਹਣੇ ਸੀਗੇ। ਇੱਕ ਜਿਹੜਾ ਪਾਠ ਹੁੰਦਾ ਸੀ ਉਹ ਤਮਿਲ ਬੋਲਦੇ ਸੀ, ਉਹ ਸਭ ਤੋਂ ਸੋਹਣਾ ਪਾਠ ਹੈਗਾ ਸੀ। ਥੋੜੀ ਸੀ ਪਾਰਟ ਅੱਛੇ ਲੱਗੇ, ਪਾਰਟ 1 ਪਾਰਟ 2 ਫਿਲਮ ਕੀ, ਕਿਉਂ, ਕੌਣ ਸੀ ਚੀਜ਼ ਆਪਕੋ ਅੱਛੀ ਲੱਗੀ? ਸਾਰੀ। ਹਸੇ ਕਿਤਨਾ? ਹਸੀ ਨਹੀਂ। ਹਸੀ ਨਹੀਂ, ਕਿਸ ਕੀ ਐਕਟਿੰਗ ਦੇਖ ਕੇ ਆਪਕੋ ਅੱਛਾ ਲਗਾ? ਸਭ ਕੀ। 5 ਮੇ ਸੇ ਕਿਤਨੇ ਸਟਾਰ? 5। ਬਹੁਤ ਅੱਛੀ, ਵੈਰੀ ਨਾਈਸ ਜੀ। ਕਨਸੈਪਟ ਦੀ ਗੱਲ ਕਰੀਏ, ਕਨਸੈਪਟ ਬਹੁਤ ਹੀ ਫਰੈਸ਼ ਹੈ ਔਰ ਬਹੁਤ ਹੀ ਫਰੈਸ਼ ਵੇ ਦੇ ਵਿੱਚ ਰੀਪ੍ਰੈਜ਼ੈਂਟ ਕੀਤਾ ਗਿਆ, ਸੋ ਉਹਦੇ ਬਾਰੇ? ਹਾਂ, ਫਸਟ ਟਾਈਮ ਆਈ ਆ ਪੰਜਾਬ ਦੇ ਵਿੱਚ ਇਦਾਂ ਦੀ ਮੂਵੀ, ਮੈਨੂੰ ਲੱਗਦਾ ਇਦਾਂ ਦੀ ਮੂਵੀਜ਼ ਹੋਰ ਬਣਨੀਆਂ ਚਾਹੀਦੀਆਂ। ਐਂਡ ਦੇ ਵਿੱਚ ਜੇ ਉਹਨਾਂ ਦਾ ਮੇਲ ਹੋਵੇ ਤਾਂ ਮਜ਼ਾ ਹੀ ਆ। ਓਕੇ, ਮੈਨੂੰ ਲੱਗਦਾ ਫਿਲਮ ਜਿੱਥੇ ਹਸਾਉਂਦੀ ਬਹੁਤ ਹੈ ਉੱਥੇ ਤੁਹਾਨੂੰ ਇਮੋਸ਼ਨਲੀ ਵੀ ਬਹੁਤ ਬੁਰੀ ਤਰੀਕੇ ਨਾਲ ਕਨੈਕਟ। ਡੈਫੀਨੇਟਲੀ, ਲਾਸਟ ਵਿੱਚ ਤਾਂ ਕਾਫੀ ਇਮੋਸ਼ਨਲ ਹੈ, ਪਰ ਪੰਚਸ ਬੜੇ ਅੱਛੇ ਆ, ਸਾਬੀ ਦਾ ਰੋਲ ਬੜਾ ਅੱਛਾ, ਮਜ਼ਾ ਆਇਆ ਸਾਬੀ ਨੂੰ ਦੇਖ ਕੇ। ਹਾਂ, ਮਿੰਟੂ ਕਾਪੇ ਬਾਈ ਦੀ ਗੱਲ ਹੋ ਰਹੀ ਹੈ ਇੱਥੇ ਜੀ। ਬਾਕੀ ਦੀ ਜੇ ਐਕਟਿੰਗ ਦੀ ਗੱਲ ਕਰੀਏ, ਇਮਰਾਨ ਫਸਟ ਟਾਈਮ ਐਜ਼ ਅ ਲੀਡ ਕੋਈ ਪਾਕਿਸਤਾਨੀ ਐਕਟਰ ਆਏ ਨੇ ਜੀ, ਬਹੁਤ ਅੱਛੇ ਲੱਗੇ ਉਹ ਵੀ ਨਾ, ਐਦਾਂ ਲੱਗ ਰਿਹਾ ਸੀ ਕਿ ਉਹਨਾਂ ਦੇ ਨਾਲ ਹੋਰ ਮੂਵੀਜ਼ ਵੀ ਆਣੀਆਂ ਚਾਹੀਦੀਆਂ। ਰਾਈਟ, ਹਨਾ। ਮੰਨਦੇ ਹੋ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ? ਡੈਫੀਨੇਟਲੀ ਡੈਫੀਨੇਟਲੀ, ਮਜ਼ਾ ਹੀ ਆਇਆ ਸੱਚੀ, ਸਾਨੂੰ ਲੱਗਿਆ ਨਹੀਂ ਕਿ ਇਦਾਂ ਨਾ, ਬਲਕਿ ਲੱਗਿਆ ਕਿ ਹਾਂ ਜ਼ਰੂਰ ਆਣੀ ਚਾਹੀਦੀ ਹੈ ਇਦਾਂ ਦੀ ਮੂਵੀ। ਸੋ 5 ਵਿੱਚੋਂ ਕਿੰਨੇ ਸਟਾਰਸ? 5 out of 5। ਥੈਂਕ ਯੂ ਸੋ ਮਚ, ਸਾਰੇ ਦੇਖਣ ਆਇਓ। ਸੁਨੇਹਾ ਦੇਖੋ, ਸਾਰਿਆਂ ਨੂੰ ਚਾਹੀਦਾ ਹੈ, ਫੈਮਿਲੀ ਮੂਵੀ ਹੈ ਕਿ ਬਹੁਤ ਚੰਗੀ ਸਾਫ਼ ਸੁਥਰੀ ਮੂਵੀ ਹੈ ਔਰ ਜਿਹੜੀ ਯੰਗ ਜਨਰੇਸ਼ਨ ਉਹਨੂੰ ਵੀ ਜਾਣਾ ਚਾਹੀਦਾ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਬਹੁਤ ਦਿਲ 'ਚ ਰਹਿੰਦਾ ਸਾਰਿਆਂ ਦਾ ਕਿ ਜੀ ਪਾਕਿਸਤਾਨ ਇੱਦਾਂ, ਇੰਡੀਆ ਦਾ। ਮੈਂ ਆਪ ਜਾ ਕੇ ਆਈ ਹਾਂ ਪਾਕਿਸਤਾਨ, ਜੋ ਉਹਨਾਂ ਨੇ ਦਿਖਾਇਆ ਪਿਆਰ ਮੁਹੱਬਤ ਹੈਗਾ ਬੱਚਿਆਂ 'ਚ, ਠੀਕ ਹੈ ਮਾੜਾ ਮੋਟਾ ਇੱਧਰ ਉੱਧਰ ਹੁੰਦਾ ਕਿ ਲਵ ਸਟੋਰੀ ਹੈਗੀ ਹੈ, ਪਰ ਬਹੁਤ ਚੰਗੀ ਕੋਸ਼ਿਸ਼ ਹੈ ਔਰ ਬਹੁਤ ਸੋਹਣਾ ਮੈਸੇਜ ਹੈ।
ਤੁਹਾਡੇ ਸਾਡੇ ਵਰਗੇ ਭੈਣ ਭਰਾ ਤੇ ਪਰਿਵਾਰਾਂ ਨੂੰ ਦੇਖ ਕੇ, ਉਹਨਾਂ ਦੇ ਅਹਿਸਾਸਾਂ ਨੂੰ ਦੇਖ ਕੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ? ਹੋਰ ਦਿਖਾਉਂਦਾ ਬਚਪਨ ਤੋਂ ਲੈ ਕੇ ਹੁਣ ਤੱਕ ਇਹੀ ਸਿੱਖਿਆ, ਹਿੰਦੂ ਮੁਸਲਿਮ ਸਿੱਖ ਈਸਾਈ ਭਾਈ ਭਾਈ ਸਾਰੇ ਭਾਈ ਭਾਈ ਨਹੀਂ ਭੈਣਾਂ ਵੀ ਨਾਲ। ਸੋ ਚੰਗਾ ਲੱਗਦਾ ਕਿ ਗੁੱਡ ਮੈਸੇਜ ਆਉਂਦਾ ਔਰ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ। ਅਤੇ ਸਾਡੇ ਆਪਣੇ ਘਰ ਦੀ ਫੈਮਿਲੀ ਦੀ ਮੂਵੀ ਹੈ, ਅਮਿਤ ਜੀ ਅਤੇ ਮੋਨਿਕਾ ਜੀ ਸਾਡੇ ਆਪਣੇ ਫੈਮਿਲੀ ਮੈਂਬਰਸ ਨੇ, ਉਹਨਾਂ ਨੇ ਬਹੁਤ ਸੋਹਣੀ ਮੂਵੀ ਬਣਾਈ ਹੈ, ਚੰਗਾ ਮੈਸੇਜ ਦਿੱਤਾ, ਸੋ ਤਾਂ ਕਰਕੇ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ। ਰਾਈਟ, ਸੋ ਫਿਲਮ ਦੇ ਵਿੱਚ ਐਕਟਿੰਗ ਕਿਵੇਂ ਦੇਖਦੇ ਹੋ? ਬੜੇ ਮਜ਼ੇ ਹੋਏ ਅਤੇ ਬੜੇ ਟਿਪੀਕਲ ਲਿਖੇ ਹੋਏ ਕਰੈਕਟਰਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੇ? ਨਹੀਂ, ਟਿਪੀਕਲ ਹੈ ਜੋ ਵੀ ਹਰ ਇੱਕ ਕਰੈਕਟਰ ਜਿਹੜਾ ਦਿੱਤਾ ਹੈ ਉਹਨਾਂ ਨੇ ਬੜੀ ਆਪਣੀ ਨਾ ਜਿਹੜਾ ਪਾਰਟ ਹੈ ਬਹੁਤ ਚੰਗੀ ਤਰ੍ਹਾਂ ਨਿਭਾਇਆ, ਕੋਈ ਫਾਲਤੂ ਦਾ ਕੋਈ ਡਾਇਲੋਗ ਨਹੀਂ ਸੀਗੇ, ਸੋ ਬਹੁਤ ਸੋਹਣੇ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਮੂਵੀ। ਰਾਈਟ, ਇਸ ਫਿਲਮ ਦੇ ਵਿੱਚ ਅਸੀਂ ਦੇਖਿਆ ਕਿ ਫਿਲਮ ਜਿੱਥੇ ਜਿੱਥੇ ਹਸਾਉਂਦੀ ਹੈ ਨਾ, ਪੰਚਿਸ ਹੋ ਗਏ, ਡਾਇਲੋਗਸ ਹੋ ਗਏ ਜਾਂ ਕਿਰਦਾਰ ਹੋ ਗਏ, ਉੱਥੇ ਇਮੋਸ਼ਨਲੀ ਕਨੈਕਟ ਵੀ ਬਹੁਤ ਜ਼ਬਰਦਸਤ, ਕਿਉਂਕਿ ਪੰਚਿਸ ਵੀ ਨਾ ਇੱਦਾਂ ਹੀ ਨਹੀਂ ਹੈਗੇ ਕਿ ਤੁਸੀਂ ਬਸ ਸਟੇਜ ਸ਼ੋ ਵਾਂਗੂ ਪੰਚ ਮਾਰ ਲਓ। ਪੰਚ ਜਿਹੜੇ ਸੀਗੇ ਕਿ ਬਹੁਤ ਚੰਗੇ ਸੀ, ਹਾਸਾ ਵੀ ਆਇਆ ਸਾਰਿਆਂ ਨੂੰ ਔਰ ਐਂਡ 'ਤੇ ਥੋੜ੍ਹੇ ਇਮੋਸ਼ਨਲ ਸੀਗੀ, ਸੋ ਤੁਸੀਂ ਨਾਲ ਦੇਖ ਕੇ ਬੈਠੀ ਹੈ ਦੇਖੋ, ਤੁਹਾਨੂੰ ਵੀ ਪਤਾ ਕਿ ਬਹੁਤ ਸੋਹਣੀ ਹੈ, ਦੱਸੋ। ਸੋ ਚੰਗੀ ਹੈ, ਫੈਮਿਲੀ ਮੂਵੀ ਹੈ, ਤੁਸੀਂ ਸਾਰੇ ਜਾ ਕੇ ਦੇਖੋ। ਫਿਲਮ ਤੋਂ ਬਹੁਤ ਅੱਛੀ ਲੱਗੀ ਹੈ ਮੁਝੇ, ਲਵ ਸਟੋਰੀ ਬਹੁਤ ਅੱਛੀ ਹੈ, ਸਿਮੀ ਕੀ ਔਰ ਇਮਰਾਨ ਕੀ ਜੋੜੀ ਬਹੁਤ ਕਿਊਟ ਲੱਗੀ ਹੈ, ਵੈਲੈਂਟਾਈਨਸ ਵੀਕ ਮੈਂ ਆਈ ਹੈ ਤਾਂ ਲੋਕਾਂ ਕੋ ਬਹੁਤ ਪਸੰਦ ਆ ਰਹੀ ਹੈ ਔਰ ਮਿੰਟੂ ਜੀ ਕਾ ਜੋ ਕਾਮੇਡੀ ਰੋਲ ਹੈ ਉਹ ਤਾਂ ਬਹੁਤ ਹੀ ਬੜੀ ਹੈ। ਇਮੋਸ਼ਨਲ ਕਿੰਨਾ ਕੁ ਲੱਗਿਆ ਤੈਨੂੰ? ਆਪਾਂ ਦੇਖਦੇ ਹਾਂ ਕਿ ਜਿੱਦਾਂ ਅਸੀਂ ਆਪਣੇ ਬੱਚੇ ਭੇਜ ਦਿੰਦੇ ਹਾਂ ਬਾਹਰ, ਹੈ ਨਾ, ਲੇਕਿਨ ਅਨਫੋਰਚੁਨੇਟਲੀ ਜਦੋਂ ਉਹ ਸ਼ਿਕਾਰ ਹੋ ਜਾਂਦੇ ਇਹੋ ਜਿਹੀਆਂ ਚੀਜ਼ਾਂ ਦਾ, ਔਰ ਉਹ ਵੀ ਗਲਤ ਫਹਿਮੀ ਕੇ, ਉਸਮੇ ਸਿਰਫ ਇੱਕ ਨਾਮ ਕੇ ਉਸਮੇ, ਔਰ ਇਹ ਐਗਜੈਕਟਲੀ ਹੋਤਾ ਹੈ ਵਹੀ ਚੀਜ਼, ਜਿਨ ਉਨ ਮਾਂ ਬਾਪ ਪੇ ਕਿਆ ਬੀਤਤਾ ਹੋਗਾ ਜਿਨਕੋ ਇਹ ਚੀਜ਼ ਪਤਾ ਚਲਤੀ ਹੋ ਕਿ ਹਮਾਰਾ ਬੱਚਾ ਤੋ ਠੀਕ ਥਾ ਪਰ ਇਹ ਗਲਤ ਉਸਕੇ ਚੱਕਰ ਮੇਂ ਇਸਕੋ, ਔਰ ਅਭੀ ਤੋ ਇਸਮੇ ਇਹ ਦਿਖਾਇਆ ਵੀ ਸਿੰਮੀ ਕੋ ਪਤਾ ਹੀ ਨਹੀਂ ਹੈ ਉਸਕੇ ਸਾਥ ਕਿਆ ਹੁਆ ਹੈ, ਵਹ ਤੋ ਸੋਚ ਰਹੀ ਹੈ ਕਿ ਵਹ ਗਲਤ ਹੈ, ਲੇਕਿਨ ਵਹ ਗਲਤ ਨਹੀਂ ਹੈ ਆਪਣੀ ਜਗ੍ਹਾ ਪੇ, ਵਹ ਆਪਣੀ ਜਗ੍ਹਾ ਫਸ ਗਿਆ। ਮੁਝੇ ਲਗਤਾ ਕਿ ਉਹ ਲੋਕ ਇਹ ਕਹਿਣਾ ਚਾਹ ਰਹੇ ਹੈ ਕਿ ਪਾਕਿਸਤਾਨ ਔਰ ਇੰਡੀਆ ਕਾ ਬਾਰਡਰ ਖੁੱਲਣਾ ਚਾਹੀਏ, ਖੁੱਲਣਾ ਚਾਹੀਏ ਬਸ, ਹਾਂ ਬਿਲਕੁਲ ਖੁੱਲਣਾ ਚਾਹੀਏ, ਜਿਸ ਕੋ ਜਹਾਂ ਆਉਣਾ ਹੈ ਵੋ ਆ ਜਾ ਸਕੇ, ਜਿਸ ਕੋ ਨਹੀਂ ਆਉਣਾ ਵੋ ਨਹੀਂ ਹੈ, ਗਲਤ ਲੋਕ ਵਹਾਂ ਪੇ ਵੀ ਹੈ, ਗਲਤ ਯਹਾਂ ਪੇ ਵੀ ਹੈ, ਰਾਈਟ, ਵੋ ਸਭ ਜਗ੍ਹਾ ਸਭ ਜਗ੍ਹਾ। ਐਕਟਿੰਗ ਦੇਖ ਕੇ ਕਿਸ ਕੀ ਦਿਲ ਖੁਸ਼ ਹੋ ਰਹਾ ਥਾ? ਸੋ ਤਿੰਨੋ ਕੀ ਦਿਨੋ ਮੁਝੇ ਅੱਛੀ ਲੱਗੀ ਐਕਟਿੰਗ, ਕੋਈ ਐਸੀ ਬਾਤ ਨਹੀਂ ਹੈ। ਰਾਈਟ, ਸੋ 5 ਮੇਂ ਸੇ ਕਿਤਨੇ ਸਟਾਰਸ? ਮੇਰੇ 5 ਮੇਂ ਸੇ 5 ਹੈ ਪੂਰੇ। ਥੈਂਕ ਯੂ ਸੋ ਮਚ। ਤੁਮ ਦੇਖ ਆਇਓ ਜੀਵੇ ਸੋਨੇ ਜੀ, ਕਿਹੋ ਜੀ ਲੱਗੀ? ਬਹੁਤ ਵਧੀਆ ਫਿਲਮ ਲੱਗੀ ਹੈ। ਮੈਂ ਤਾਂ ਸਭ ਤੋਂ ਪਹਿਲਾਂ ਨਾ ਤੁਹਾਡੇ ਰੋਜ਼ਾਨਾ ਸਪੋਕਸਮੈਨ ਦਾ ਜ਼ਰੂਰ ਧੰਨਵਾਦ ਕਰਾਂਗਾ ਕਿ ਬਹੁਤ ਅੱਛੇ ਰਿਵਿਊਜ਼ ਹੁੰਦੇ ਨੇ, ਬੜਾ ਵਧੀਆ ਵਧੀਆ ਹਰ ਚੀਜ਼ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਦੇ ਦਿੰਦੇ ਨੇ। ਅਤੇ ਜਿਹੜੀ ਆ ਮੂਵੀ ਦੀ ਗੱਲ ਕਰੀਏ, ਬੜਾ ਵਧੀਆ ਵੈਲੈਂਟਾਈਨ ਵੀਕ ਚੱਲ ਰਿਹਾ ਅਤੇ ਉਹਦੇ ਵਿੱਚ ਇਹਨਾਂ ਨੇ ਫਿਲਮ ਕੀਤੀ ਹੈ, ਔਰ ਮੈਂ ਕਹਿ ਰਿਹਾ ਕਿ ਸਾਰੇ ਇਹਦੇ ਵਿੱਚ ਹਰ ਚੀਜ਼ ਭਰਪੂਰ ਸੀ, ਜੇ ਮੈਂ ਕੋਮੇਡੀ ਦੀ ਗੱਲ ਕਰਾਂ, ਇਮੋਸ਼ਨਸ ਦੀ ਗੱਲ ਕਰਾਂ, ਔਰ ਲਾਸਟ ਵਿੱਚ ਜਦੋਂ ਮੂਵੀਜ਼ ਨੂੰ ਜਦੋਂ ਆਪਾਂ ਕਲਾਈਮੈਕਸ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਦਰਸ਼ਕ ਬਗੈਰ ਹੰਝੂਆਂ ਤੋਂ ਰਿਹਾ ਹੋਵੇਗਾ। ਅਤੇ ਜੇ ਪੰਜਾਬ ਲੈਂਦੇ ਦੀ ਗੱਲ ਹੈ ਚਾਹੇ ਚੜ੍ਹਦੇ ਦੀ ਹੈਗਾ ਤਾਂ ਉਹਦੇ ਵਿੱਚ ਅੱਜ ਵੀ ਲੋਕਾਂ 'ਚ ਤਾਂ ਗਿਆ ਵੀ ਕਿਸੇ ਤਰੀਕੇ ਨਾਲ ਇਹ ਜਿਹੜੇ ਬਾਰਡਰ ਨੇ ਖਤਮ ਹੋ ਕੇ ਇਹ ਇੱਕ ਹੋਵੇ ਔਰ ਸਾਰੇ ਇੱਧਰ ਵਾਲੇ ਉੱਧਰ ਸੌਖੇ ਜਾ ਸਕਣ ਔਰ ਉੱਧਰ ਵਾਲੇ ਇੱਧਰ ਸੌਖੇ ਆ ਸਕਣ। ਅਤੇ ਕੁੱਲ ਮਿਲਾ ਕੇ ਫਿਲਮ ਬੜੀ ਵਧੀਆ ਸੀਗੀ ਅਤੇ ਪੂਰਾ ਆਨੰਦ ਮਾਣਿਆ ਫਿਲਮ ਦਾ ਅਸੀਂ ਵੇਖ ਕੇ। ਅਤੇ ਭਾਜੀ ਫਿਲਮ ਦੇ ਕਿਰਦਾਰ ਮਿੰਟੂ ਕਾਪਾ ਬਾਈ ਸਪੈਸ਼ਲੀ ਸਭ ਹੀ ਸਾਡਾ, ਹੈ ਨਾ, ਉਹਨਾਂ ਦੀ ਕੋਮੇਡੀ ਟਾਈਮਿੰਗ ਦੀ ਗੱਲ ਕੀਤੀ ਜਾਵੇ, ਡਾਇਲੋਗ ਡਿਲੀਵਰੀ ਦੀ ਗੱਲ ਕੀਤੀ ਜਾਵੇ, ਸਿਚੁਏਸ਼ਨਲ ਕੋਮੇਡੀ ਦੀ ਗੱਲ ਕੀਤੀ ਜਾਵੇ ਜਾਂ ਕਲਾਈਮੈਕਸ ਤੋਂ ਬਾਅਦ ਭਾਵੁਕ ਕਰਨ ਦੀ ਗੱਲ ਕੀਤੀ ਜਾਵੇ, ਕਿਹੜੇ ਇਮੋਸ਼ਨ ਸੀ ਜਿਹੜੇ ਤੁਸੀਂ ਯੂ ਨੋ ਪੂਰੇ ਇੰਟੂ ਹੋ ਚੁੱਕੇ ਸੀ ਫਿਲਮ 'ਚ? ਦੇਖੋ ਮੈਂ ਨਾ ਉਹਨਾਂ ਦੇ ਹਰ ਡਾਇਲੋਗ ਦੀ ਜਿਹੜਾ ਭਾਜੀ ਨੇ ਸਰਬਜੀਤ ਦਾ ਕਿਰਦਾਰ ਅਦਾ ਕੀਤਾ ਉਹ ਜਦੋਂ ਐਕਟ ਕਰ ਰਹੇ ਸੀ ਕਿਤੇ ਵੀ ਐਂ ਨਹੀਂ ਲੱਗ ਰਿਹਾ ਸੀ ਉਹ ਐਕਟਿੰਗ ਕਰ ਰਹੇ ਨੇ, ਇੱਦਾਂ ਲੱਗ ਰਿਹਾ ਸੀ ਵੀ ਸਹਿਜ ਸੁਭਾਅ ਗੱਲ ਉਹਨਾਂ ਦੇ ਮੂੰਹ 'ਚੋਂ ਨਿਕਲਦੀ ਹੈ, ਔਰ ਬੜੀ ਨਾ ਤਾਂਗ ਰਹਿੰਦੀ ਸੀ ਹੁਣ
ਸਰਬਜੀਤ ਕਰੈਕਟਰ ਆਵੇ ਤੇ ਉਹਦਾ ਡਾਇਲੌਗ ਸੁਣੇ, ਪਤਾ ਨਹੀਂ ਕਿਹੜੀ ਗੱਲ ਚੋਂ ਕਿਹੜਾ ਹਾਸਾ ਕੱਢ ਦੇਣ, ਤੇ ਅੰਬ ਪਾਪੜ ਉਹਨਾਂ ਨੇ ਜ਼ਰੂਰ ਦੱਸਿਆ ਕਿ ਜਿਹੜੇ ਬਾਹਰ ਜਾਂਦੇ ਆ ਉਹ ਨਾਲ ਲੈ ਕੇ ਜ਼ਰੂਰ ਜਾਣ, ਜਿਹੜਾ ਪੰਜਾਬੀਆਂ ਦੀ ਟੋਨਿਕ ਹੈਗਾ। ਤੇ ਕੁੱਲ ਮਿਲਾ ਕੇ ਦੇਖੋ ਪਰਿਵਾਰਕ ਫਿਲਮ ਹੈ, ਪੂਰੇ ਪੰਜੋ ਪੰਜ ਤਾਰੇ ਨੇ, ਔਰ ਜ਼ਰੂਰ ਵੇਖਣ ਜਾਏ। ਮੇਰੀ ਗੱਲ ਸੁਣ ਲਓ, ਮੈਨੂੰ ਲੱਗਦਾ ਫਿਲਮ ਥਾਪਰ ਭਾਜੀ ਤੁਸੀਂ ਇੱਕਦਮ ਤੁਹਾਡੀ ਮਕਬੂਲੀਅਤ ਹੋ ਗਈ ਹੈ ਤੁਹਾਡੀ ਸਕ੍ਰਿਪਟ ਦੀ। ਦੇਖ ਲਓ ਪੂਰੀ ਫਿਲਮ ਦੇ ਵਿੱਚ ਭਾਈਜਾਨ ਨੇ ਜੋ ਕੱਢਣਾ ਸੀ ਉਹ ਕੱਢ ਹੀ ਲਿਆ, ਪਾਪੜ ਵੱਲ ਭਾਈ ਧਿਆਨ ਰਿਹਾ, ਮੇਰੀ ਯਾਦ ਵੀ ਰੱਖਿਆ ਇਹਨਾਂ ਨੇ। ਮੈਂ ਉਹੀ ਕਹਿੰਦਾ ਵੀ ਸਾਰਾ ਕੁਝ ਜਿਹੜਾ ਪੰਜਾਬੀ ਬੰਦੇ ਨੇ ਤਾਂ ਆਪਣੀ ਦੇਖਣਾ ਨਾ ਵੀ ਕਿਹੜੀ ਚੀਜ਼ ਕਿੱਥੋਂ ਕੀ ਹੈ। ਤੇ ਇੱਕ ਚੀਜ਼ ਹੋਰ ਹੈ ਮੈਂ ਭਾਜੀ ਦੀ ਕਰਾਂਗਾ, ਫਿਲਮ ਦੇ ਵਿੱਚ ਇਹਨਾਂ ਨੇ ਇੰਗਲੈਂਡ ਘੁਮਾਤਾ। ਭਾਜੀ ਮੈਂ ਇੱਕ ਚੀਜ਼ ਇੱਥੇ ਜ਼ਰੂਰ ਡਿਸਕਸ ਕਰਨੀ ਚਾਹਾਂਗੀ ਕਿਉਂਕਿ ਤੁਸੀਂ ਗੱਲ ਛੇੜੀ ਹੈ, ਬੜੀ ਫਿਲਮਾਂ ਦੇ ਵਿੱਚ ਯੂਕੇ ਵੀ ਖਾਇਆ ਗਿਆ। ਹੁਣ ਅਸੀਂ ਜਾਣਦੇ ਵੀ ਹਾਂ ਕਿ ਉਹਦੀ ਬਿਊਟੀ ਦੀ ਗੱਲ ਕਰੀਏ, ਸਬਸਿਡੀ ਦੀ ਗੱਲ ਕਰੀਏ, ਇਟਸ ਵੈਰੀ ਹੈਲਪਫੁਲ ਸਾਡੇ ਪੰਜਾਬੀ ਸਿਨੇਮਾ। ਪਰ ਇਹਨਾਂ ਨੇ ਇੰਨਾ ਫਰੈਸ਼ ਫਾਰਮ ਦੇ ਵਿੱਚ ਇੰਨਾ ਸੋਹਣਾ ਵਿਜੂਅਲ ਯੂਕੇ ਦਾ ਦਿਖਾਇਆ, ਇੱਦਾਂ ਲੱਗ ਰਿਹਾ ਸੀ ਪਹਿਲੀ ਵਾਰ ਯੂਕੇ ਵੇਖ ਰਿਹਾ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਇਹੀ ਗੱਲ ਕਹਿ ਕੇ ਹਟਿਆ ਔਰ ਨੋਟ ਕਰਨ ਵਾਲੀ ਗੱਲ ਹੈ ਕਿ ਮੂਵੀਜ਼ ਦੇ ਵਿੱਚ ਪੂਰਾ ਐਂ ਲੱਗ ਰਿਹਾ ਸੀ ਜਿਵੇਂ ਕਿ ਅਸੀਂ ਵਿਜ਼ੂਅਲਾਈਜ਼ ਵੱਡੀ ਸਕਰੀਨ ਦੇ ਉੱਤੇ ਯੂਕੇ ਨੂੰ ਵੇਖ ਰਹੇ ਹਾਂ। ਔਰ ਜਦੋਂ ਵੀ ਕਈ ਸੀਨ ਤਾਂ ਇੱਦਾਂ ਸੀ ਜਿੱਥੇ ਸਾਨੂੰ ਯਾਦ ਆ ਰਹੇ ਸੀ ਯਾਰ ਇਹ ਵੀ ਜਗ੍ਹਾ ਉੱਤੇ ਹੈਗੀ ਹੈ ਜਿਹੜੀ ਸਾਡੇ ਤੋਂ ਮਿਸ ਹੋਈ ਵੀ ਹੈ। ਕੁੱਲ ਮਿਲਾ ਕੇ ਫਿਲਮ ਬਾਲੀ ਘੈਂਟ। ਸੋ ਇੱਕ ਵਾਰ ਕਹਿ ਦਿਓ ਕਿ ਜੀਵੇ ਸੋਹਣਿਆ ਜੀ। ਜੀਵੇ ਸੋਹਣਿਆ ਜੀ। ਕੀ ਬਾਤ ਹੈ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ।